ਕਿਉਂਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਕੇ ਮੁਤਾਬਕ ਪਹਿਲਾਂ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਆਪਣੇ ਪੁਲਿਸ ਪਾਰਟੀਆਂ ਹੈਲਪ ਕਰਦੇ ਰਹਿੰਦੇ ਹੁਣ ਡਾਇਰੈਕਟਲੀ ਮੈਂ ਮੇਰੇ ਨਾਲ ਐਸ ਪੀਸ ਡੀ ਐਸ ਪੀਸ ਔਰ ਐਸ ਐਚ ਓਸ ਖੁਦ ਫੀਲਡ ਵਿੱਚ ਆ ਗਏ ਨੇ ਪੂਰੀ ਜ਼ਿਲ੍ਹਾ ਦੇ ਵਿੱਚ ਵੱਖਰੇ ਵੱਖਰੇ ਪੈਟਰੋਲਿੰਗ ਪਾਰਟੀਆਂ ਅਸੀਂ ਬਣਾਏ ਅਸੀਂ ਸਵੇਰੇ ਤੋਂ ਸ਼ੇਕਿਨ ਸ਼ਾਮ ਤੱਕ ਲਗਾਤਾਰ ਫੀਲਡ ਦੇ ਵਿੱਚ ਅਸੀਂ ਪੈਟਰੋਲਿੰਗ ਕਰ ਰਹੇ ਸਿਵਲ ਐਡਮਿਨਿਸਟ੍ਰੇਸ਼ਨ ਕੇ ਸਾਥ ਵੀ ਜਿਹੜਾ ਕਲਸਟਰ ਆਫਿਸਰ ਕੇ ਸਾਥ ਵੀ ਸਾਡੇ ਟੀਮ ਲਗਾਤਾਰ ਜੁਆਇੰਟ ਪੈਟਰੋਲਿੰਗ ਕਰ ਰਹੇ ਨੇ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲ ਜਾਂਦਾ ਹੈ ਜਿੱਥੇ ਆਗ ਲੱਗ ਰਹੀ ਹੈ ਤਾਂ ਇਮੀਡੀਏਟਲੀ ਅਸੀਂ ਫਾਇਰ ਟੈਂਡਰ ਨੂੰ ਲੈ ਕੇ ਉੱਤੇ ਪਹੁੰਚ ਜਾਂਦੇ ਹਾਂ ਫਾਇਰ ਅਸੀਂ ਬੁਝਾਉਣਾ ਟਰਾਈ ਕਰ ਦਿੰਦੇ ਹਾਂ ਸੈਟਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹਦੇ ਨਾਲ ਨਾਲ ਜਿੱਥੇ ਸਾਨੂੰ ਕੰਟਰੋਲ ਨਹੀਂ ਹੋ ਰਹੀ ਹੈ ਪ੍ਰੋਬਲਮ ਆ ਰਹੀ ਹੈ ਤਾਂ ਉਹਦੀ ਅਸੀਂ ਕਾਨੂੰਨੀ ਕੇ ਮੁਤਾਬਕ ਕੇਸ ਵੀ ਅਸੀਂ ਰਜਿਸਟਰ ਕਰਨਾ ਸ਼ੁਰੂ ਕਰ ਦਿੱਤਾ ਕੱਲ੍ਹ ਅਸੀਂ 9 ਕੇਸ ਰਜਿਸਟਰ ਕੀਤੇ ਹਾਂ ਅੱਜ ਕਰੀਬ ਅਸੀਂ 20 ਕੇਸ ਰਜਿਸਟਰ ਕੀਤਾ ਔਰ ਲਗਾਤਾਰ ਜਿਹੜਾ ਇਹ ਜਦ ਤੱਕ ਇਹ ਸੀਜ਼ਨ ਖਤਮ ਨਹੀਂ ਹੁੰਦਾ ਅਸੀਂ ਕਾਨੂੰਨੀ ਤੌਰ 'ਤੇ ਵੀ ਟਰਾਈ ਕਰ ਰਹੇ ਹਾਂ ਕੰਟਰੋਲ ਕਰਨ ਕੇ ਲਈ ਇਹਦੇ ਨਾਲ ਨਾਲ ਸਾਡੇ ਪੁਲਿਸ ਪਾਰਟੀ ਅਵੇਅਰਨੈਸ ਕੇ ਲਈ ਵੀ ਕਾਫੀ ਕਿਸਾਨ ਯੂਨੀਅਨ ਕੇ ਸਾਥ ਪਿੰਡਾਂ 'ਚ ਸਰਪੰਚ ਔਰ ਕਿਸਾਨ ਕੇ ਖੱਲੇ ਖੱਲੇ ਵੀ ਜਾ ਕੇ ਅਸੀਂ ਉਹਨਾਂ ਨੂੰ ਵੀ ਜਾਗਰੂਕਤਾ ਕਰ ਰਹੇ ਹਾਂ ਉਹਨਾਂ ਨੂੰ ਕਾਨੂੰਨੀ ਮੁਤਾਬਕ ਵੀ ਕੀ ਕਾਰਵਾਈ ਹੋ ਸਕਦੀ ਹੈ ਉਹਦੇ ਬਾਰੇ ਮੈਂ ਵੀ ਦੱਸ ਰਹੇ ਹਾਂ ਔਰ ਵਾਤਾਵਰਨ ਕੇ ਲਈ ਹੈਲਥ ਕੇ ਲਈ ਆਪਣੇ ਸਿਹਤ ਕੇ ਲਈ ਕੀ ਕੀ ਨੁਕਸਾਨ ਪਹੁੰਚ ਰਿਹਾ ਉਹਨਾਂ ਦੇ ਬਾਰੇ ਮੈਂ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿਸਾਨ ਪੂਰੀ ਦੁਨੀਆ ਦਾ ਮਾਂ ਵਾਲਾ ਰੋਲ ਪਲੇ ਕਰਦਾ ਹਰ ਇੱਕ ਦਾ ਪੇਟ ਭਰਦਾ ਅਤੇ ਫਿਰ ਪੇਟ ਭਰਨ ਵਾਲੀ ਮਾਂ ਹੀ ਜੇ ਮਤਲਬ ਕਿ ਆਪਣਾ ਗੁੱਸਾ ਕੱਢਣ ਲੱਗ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਹਾਂ ਤਾੜਨਾ ਕਰਨੀ ਇੱਕ ਵੱਖਰੀ ਚੀਜ਼ ਹੈ ਪਰ ਪ੍ਰਸ਼ਾਸਨ ਦੀ ਇੱਜ਼ਤ ਸਮਝਣਾ ਸਭ ਤੋਂ ਵੱਡਾ ਸਾਡਾ ਮੁੱਢਲਾ ਫਰਜ਼ ਹੈ ਇਹ ਸਾਡੀ ਸਪੋਰਟ ਹੈ ਸਾਡੀ ਸਿਕਿਉਰਿਟੀ ਹੈ ਐਸਾ ਨਹੀਂ ਕਰਨਾ ਚਾਹੀਦਾ ਮੇਰਾ ਪਿਛਲੇ ਸਾਲ ਕਿੰਨਾ ਜਿੰਨਾ ਕੁ ਪਿਛਲੇ ਸਾਲ ਸੀ ਲਗਭਗ ਅਸੀਂ ਉਹਦੇ ਨੇੜੇ ਤੇੜੇ ਹੀ ਰਵਾਂਗੇ ਪਰ ਜਾਣੀ ਪਲੱਸ ਇਹ ਹੋਊਗਾ ਵੀ ਉਹਦੇ ਨਾਲ ਐਕਸਟਰਾ ਜਿਹੜਾ ਹੈਗਾ ਸੁਪਰਸੀਡਰ ਸਾਡੇ ਕਾਫੀ ਲੋਕਾਂ ਨੇ ਅਸੈਪਟ ਕੀਤਾ ਹੈਗਾ ਹੈਪੀ ਸੀਡਰ ਨੂੰ ਇੰਨਾ ਨਹੀਂ ਸੀ ਕੀਤਾ ਹੈਪੀ ਸੀਡਰ ਕੁਛ ਲੋਕ ਤਾਂ ਚਾਹੇ ਕੀ ਵੀ ਬੀਜਿਆ ਹੈਪੀ ਸੀਡਰ ਨਾਲ ਪਰ ਸੁਪਰ ਸੀਡਰ ਕਾਫੀ ਲੋਕਾਂ ਨੇ ਸਪੋਰਟ ਕੀਤੀ ਹੈਗੀ ਆ ਉਹ ਮੈਨੂੰ ਲੱਗਦਾ ਵੱਧ ਕੇ ਰਹੂਗਾ ਵੀ ਕਰੀਬਨ ਕਰੀਬਨ ਐਤਕੀ ਮੈਨੂੰ ਲੱਗਦਾ ਵੀ ਪਿਛਲੇ ਸਾਲ ਅਸੀਂ 5000 ਏਕੜ 'ਚੋਂ ਇਕੱਠਾ ਕੀਤਾ ਸੀ ਅਤੇ ਐਤਕੀ ਲਗਭਗ ਇਹਦੇ ਨੇੜੇ ਤੇੜੇ ਹੋਵਾਂਗੇ ਥੋੜ੍ਹਾ ਬਹੁਤ ਅੱਗਾ ਪਿੱਛਾ ਹੋ ਜਾਏਗਾ।